ਕਹਿੰਦੇ ਨੇ ਮੁਹੱਬਤ ਕਰਨ ਵਾਲੇ ਪਰਿੰਦਿਆਂ ਦੀ ਤਰ੍ਹਾਂ ਹੁੰਦੇ ਨੇ, ਜੋ ਆਸਮਾਨ ਦੇ ਅੰਦਰ ਖੁੱਲ੍ਹੀਆਂ ਉਡਾਰੀਆਂ ਲਾਉਂਦੇ ਨੇ। ਅਤੇ ਇਹ ਕਹਾਣੀ ਵੀ ਇਸੇ ਤਰ੍ਹਾਂ ਦੇ ਦੋ ਪਰਿੰਦਿਆਂ ਦੀ ਹੈ। ਗਰੀਬਾਂ ਦੇ ਹਮਦਰਦ, ਇਹ ਕਿੱਥੋਂ ਆਉਂਦੇ ਨੇ ਅਤੇ ਕਿੱਥੇ ਚਲੇ ਜਾਂਦੇ ਨੇ ਕੋਈ ਨਹੀਂ ਜਾਣਦਾ। ਦੁਨੀਆਂ ਦੀ ਨਜ਼ਰ 'ਚ ਇਸ਼ਕ ਵਾਲੇ ਭਾਵੇਂ ਕਾਫਰ ਨੇ, ਪਰ ਯਾਰ ਦੇ ਸਜਦਿਆਂ 'ਚ ਝੁਕੇ ਇਹ ਸਿਰ ਖੁਦਾ ਨੂੰ ਪ੍ਰਵਾਨ ਨੇ। ਪਰ ਸਮਾਜ ਇਹਨਾਂ ਪਰਿੰਦਿਆਂ ਨੂੰ ਰੀਤੀ ਰਿਵਾਜ ਦੇ ਪਿੰਜਰਿਆਂ 'ਚ ਕੈਦ ਕਰਨ ਤੋਂ ਕਦੇ ਬਾਜ਼ ਨਹੀਂ ਆਉਂਦਾ। ਅੱਬੂ, ਤੇਰੀ ਕੁੜੀ ਆ? ਨਹੀਂ ਜਨਾਬ, ਨਹੀਂ, ਇਹ ਮੇਰੀ ਕੁੜੀ ਨਹੀਂ ਹੋ ਸਕਦੀ ਜਨਾਬ। ਤੁਹਾਨੂੰ ਕੋਈ ਗਲਤਫਹਿਮੀ ਹੋਈ ਜਨਾਬ। ਤੈਨੂੰ ਪਤਾ ਇਹਨੇ ਮੇਰਾ ਕਿੰਨਾ ਨੁਕਸਾਨ ਕੀਤਾ ਹੈ? ਜੇ ਤੇਰੀ ਕੁੜੀ ਆ ਤਾਂ ਇਹਨੂੰ ਸਮਝਾ ਲਾ, ਨਹੀਂ ਤਾਂ ਤੇਰਾ ਪੂਰਾ ਖਾਨਦਾਨ ਖਤਮ ਕਰ ਦਊ, ਸਮਝਿਆ? ਇਸ ਵਾਰ ਤੇ ਤੈਨੂੰ ਛੱਡ ਦਿੰਦਾ, ਅਗਲੀ ਵਾਰ ਕਿਉਂ? ਹੁਣੇ ਦੇਖ ਲਾ ਇਸ ਵਾਰ ਕੀ ਆ। ਕੌੜਾ ਤੁਸੀਂ, ਤੇਰਾ ਪਿਓ ਬਹੁਤ ਪਛਤਾਊਂਗਾ ਤੂੰ। ਇਹ ਮੇਰਾ ਆਖਰੀ ਖੱਤ ਹੈ ਤੇ ਸਾਡੀ ਮੁਹੱਬਤ ਦੀ ਅਖੀਰ। ਹੋ ਸਕੇ ਤਾਂ ਮੈਨੂੰ ਮਾਫ ਕਰ ਦੇ, ਮੈਂ ਤੇਰੇ ਨਾਲ ਤੇ ਤੁਰੀ ਪਰ ਮੰਜ਼ਿਲ ਤੱਕ ਨਾ ਪਹੁੰਚ ਸਕੀ। ਤੇਰੇ ਲਈ ਆਖਰੀ ਦੁਆ, ਤੂੰ ਮੈਨੂੰ ਭੁੱਲ ਜਾਈ, ਬਸ ਰੱਬ ਕਰਕੇ ਰੋਈ ਨਾ ਤੇਰੀ ਸ਼ਿੱਦਤ। ਰੋਈ ਨਾ ਜੇ ਯਾਦ ਮੇਰੀ ਆਈ ਵੇ, ਖੁਸ਼ ਰਹੀ ਅੱਖਾਂ ਨਾ ਪਰ ਆਈ ਵੇ। ਹੋਇਆ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ, ਸੁਪਨਾ ਦੋਹਾਂ ਦਾ ਚੂਰੋ ਚੂਰ ਹੋ ਗਿਆ। ਹਾਂ ਤੇਰੇ ਨਾਲ ਰਹੂੰ ਮੇਰੀ ਪਰਛਾਈ ਵੇ। ਰੋਈ ਨਾ ਜੇ ਯਾਦ ਮੇਰੀ ਆਈ ਵੇ, ਖੁਸ਼ ਰਹੀ ਅੱਖਾਂ ਨਾ ਪਰ ਆਈ ਵੇ। ਰੋਈ ਨਾ ਜੇ ਯਾਦ ਮੇਰੀ ਆਈ ਵੇ, ਖੁਸ਼ ਰਹੀ ਅੱਖਾਂ ਨਾ ਪਰ ਆਈ ਵੇ। ਛੱਡ ਕੇ ਦੂਜੇ ਮੁਹੱਲੇ ਵਿੱਚ ਘਰ ਪਾਲਿਆ, ਸਵੇਰ ਦੀ ਅਜ਼ਾਨ ਸੁਣ ਕੇ ਨਮਾਜ਼ ਦੀ ਜਗ੍ਹਾ ਤੇ ਤੇਰਾ ਨਾਮ ਮੈਂ ਲਿਆ। ਪਰ ਮੇਰੀ ਸੁਣੀ ਨਾ ਅੱਲਾ ਗੈਰ ਹੋ ਗਿਆ, ਉੱਤੋਂ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਿਆ। ਵੇਖੀ ਇਕੱਲਿਆਂ ਕਿ
ਕਿਤੇ ਨਾ ਰੁਲ ਜਾਈ ਵੇ ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਪਰ ਆਈ ਵੇ ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਪਰ ਆਪਣਾ ਮੇਰੇ ਬਿਨਾਂ ਰੱਖਣਾ ਸਿੱਖਿਆ ਨਹੀਂ ਜਦੋਂ ਮੇਰੇ ਬਿਨਾਂ ਰਹਿਣਾ ਪੈਣਾ ਏ ਹਾਲੇ ਉਹ ਵਕਤ ਤੈਨੂੰ ਦੇਖਿਆ ਨਹੀਂ ਸਹਾਰਾ ਕੋਈ ਦੇਵੇ ਤਾਂ ਅਹਿਸਾਨ ਨਾ ਲਈ ਦੁੱਖ ਪੁੱਛੇ ਜੇ ਕੋਈ ਤੈਨੂੰ ਮੇਰਾ ਨਾਮ ਨਾ ਲਈ ਵੇ ਨਿਰਮਾਣ ਜਿਉਂਦੇ ਜੀਣਾ ਮਰ ਜਾਈ ਵੇ ਇੰਨੀ ਸ਼ਿੱਦਤ ਇੰਨੀ ਮੁਹੱਬਤ ਜਿਵੇਂ ਕਾਜ਼ੀ ਲਈ ਕੁਰਾਨ ਦੇ ਦਿੱਤੀ ਜਾਣ ਤੇਰੇ ਲਈ ਕੋਈ ਕੀਤਾ ਨਾ ਐਸਾ ਪਿਆਰ ਅਧੂਰਾ ਸਮਝੀ ਨਾ ਮਿਲਾਂਗੇ ਫਿਰ ਦੁਬਾਰਾ ਇਸ ਜਹਾਨ ਨਹੀਂ ਤਾਂ ਉਸ ਜਹਾਨ ਆਈ ਰੇ ਖੁਸ਼ ਰਹੀ ਅੱਖਾਂ ਨਾ ਪਰ ਆਈ।